ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਡੇ ਚੈਨਲ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਦੇਵ ਖਰੋੜ ਦੀ ਬਲੈਕ ਐ ਮੂਵੀ। ਜੀ ਹਾਂ, ਜੋ ਸੰਨ 2019 'ਚ ਰਿਲੀਜ਼ ਹੋਈ ਸੀ ਅਤੇ ਇਸ ਮੂਵੀ ਨੇ ਸਿਨੇਮਾ ਘਰਾਂ ਵਿੱਚ ਬਹੁਤ ਵਧੀਆ ਕਾਰੋਬਾਰ ਕੀਤਾ ਸੀ। ਜੀ ਹਾਂ, ਅਤੇ ਇਸ ਮੂਵੀ ਦਾ ਦੂਜਾ ਭਾਗ ਅਨਾਊਂਸ ਕੀਤਾ ਸੀ। ਜੀ ਹਾਂ, ਇਸ ਮੂਵੀ ਨੂੰ ਲਿਖਿਆ ਅਤੇ ਡਾਇਰੈਕਟ ਨਵਨੀਤ ਸਿੰਘ ਨੇ ਕੀਤਾ ਹੈ ਅਤੇ ਇਸ ਮੂਵੀ ਨੂੰ ਪ੍ਰੋਡਿਊਸ ਵਿਵੇਕ ਓਰੀ ਨੇ ਕੀਤਾ ਹੈ। ਜੀ ਹਾਂ, ਇਹ ਮੂਵੀ ਪਹਿਲਾਂ 5 ਮਈ ਨੂੰ ਰਿਲੀਜ਼ ਹੋਣੀ ਸੀ, ਪਰ ਨਹੀਂ, ਹੁਣ ਇਸ ਮੂਵੀ ਦੀ ਰਿਲੀਜ਼ ਡੇਟ ਚੇਂਜ ਕਰਤੀ ਗਈ ਹੈ। ਜੀ ਹਾਂ, ਸ਼ੂਟਿੰਗ ਦੇ ਵਿੱਚ ਡਿਲੇ ਹੋਣ ਦੇ ਕਾਰਨ ਇਸ ਮੂਵੀ ਦੀ ਰਿਲੀਜ਼ ਡੇਟ ਚੇਂਜ ਕੀਤੀ ਗਈ ਆ। ਕੁਛ ਨਵੇਂ ਕਿਰਦਾਰਾਂ ਦਾ ਇਹਦੇ ਵਿੱਚ ਸ਼ਾਮਿਲ ਕੀਤੇ ਗਏ ਨੇ। ਜੀ ਹਾਂ, ਖਬਰ ਇਹ ਵੀ ਹੈ ਕਿ ਇਸ ਮੂਵੀ ਦੇ ਵਿੱਚ ਪ੍ਰਿੰਸ ਕਮਲਜੀਤ ਸਿੰਘ ਵੀ ਦਿਖਣਗੇ ਅਤੇ ਇਹ ਮੂਵੀ 25 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਦੇਖਣ ਨੂੰ ਮਿਲੇਗੀ। ਜੀ ਹਾਂ, 25 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਇਸ ਮੂਵੀ ਨੂੰ ਦੇਖ ਸਕਦੇ ਹੋ। ਧੰਨਵਾਦ।